ਲਿਮਟਡ ਗੰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਸ਼ੱਕ ਅਜਦੀਪ ਸਿੱਧੂ ਸਰੀਰਕ ਤੌਰ ਤੇ ਸਾਡੇ ਵਿੱਚ ਘਰ ਨਹੀਂ ਹੈ ਪਰ ਲੋਕਾਂ ਵੱਲੋਂ ਉਹਨਾਂ ਦੀ ਸੋਚ ਤੇ ਚੱਲਣ ਦੇ ਲਈ ਜੋ ਪ੍ਰਣ ਲਿਆ ਗਿਆ ਉਸ ਦੇ ਨਾਲ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ਉੱਥੇ ਹੀ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਉਹਨਾਂ ਦੀ ਮੌਤ ਦੇ ਪਿੱਛੇ ਦਾ ਅਸਲ ਕਾਰਨ ਵੀ ਜਾਨਣਾ ਚਾਹੁੰਦੇ ਨੇ ਕਿਉਂਕਿ ਦੀਪ ਸਿੱਧੂ ਦੇ ਐਕਸੀਡੈਂਟ ਦੀ ਖਬਰ ਵੀਡੀਓ ਅਤੇ ਫੋਟੋ ਕਲਿੱਪਸ ਜੋ ਵੀ ਸਾਹਮਣੇ ਆਏਗਾ ਉਹਨਾਂ ਨੂੰ ਦੇਖ ਕੇ ਕਿਸੇ ਦੇ ਵੀ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਇਹ ਇੱਕ ਹਸ ਹੈ ਹਰ ਇੱਕ ਦਾ ਇਹੀ ਕਹਿਣਾ ਹੈ ਕਿ ਇਹ ਕੋਈ ਵੱਡੀ ਸਾਜ਼ਿਸ਼ ਹੈ ਅਤੇ ਸਾਜ਼ਿਸ਼ ਕਰਨ ਵਾਲਿਆਂ ਦੇ ਬਾਰੇ ਅਤੇ ਸਾਜ਼ਿਸ਼ ਨੂੰ ਅੰਜਾਮ ਦੇਣ ਵਾਲਿਆਂ ਦੇ ਬਾਰੇ ਹਰ ਇੱਕ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਉੱਥੇ ਹੀ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਆ ਇੱਕ ਡਾਕਟਰ ਸਾਹਿਬ ਦੀ ਵੀਡੀਓ ਜਿਨ੍ਹਾਂ ਨੇ ਦੀਪ ਸਿੱਧੂ ਦਾ ਜੋ ਵੀ ਕ੍ਰਾਈਮ ਸੀਨ ਸੀ ਜੋ ਵੀ ਉਹਨਾਂ ਦੀ ਬਾਡੀ ਦੀ ਐਕਸੀਡੈਂਟ ਤੋਂ ਬਾਅਦ ਹਾਲ ਸੀ ਜੋ ਵੀ ਜ਼ਖਮ ਸੀ ਅਤੇ ਜੋ ਵੀ ਪੋਸਟਮਾਰਟਮ ਕੀਤਾ ਗਿਆ ਡਾਕਟਰਾਂ ਦੇ ਇੱਕ ਪੈਨਲ ਵੱਲੋਂ ਉਸ ਤੇ ਕੁਝ ਵੱਡੇ ਹੈਰਾਨੀਜਨਕ ਖੁਲਾਸੇ ਡਾਕਟਰੀ ਲੈਂਗੁਏਜ ਦੇ ਵਿੱਚ ਤੱਥਾਂ ਦੇ ਆਧਾਰ ਤੇ ਕੀਤੇ ਨੇ ਜੋ ਕਿ ਕਿਤਨਾ ਕਿਤੇ ਤੁਹਾਨੂੰ ਵੀ ਹੈਰਾਨ ਕਰਕੇ ਰੱਖ ਦੇਣਗੇ ਤੁਸੀਂ ਵੀਡੀਓ ਪੂਰੀ ਦੇਖੋ ਤੇ ਕਮੈਂਟ ਜਰੂਰ ਕਰਨਾ ਤੁਹਾਨੂੰ ਕੀ ਲੱਗਦਾ ਹੈ ਕਿ ਸਾਰੀ ਘਟਨਾ ਕੀ ਸੀ ਸਾਜ਼ਿਸ਼ ਜਾਂ ਫਿਰ ਇੱਕ ਹਾਦਸਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਕੀ ਤੁਸੀਂ ਇਸ ਡਾਕਟਰ ਸਾਹਿਬ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਕੇ ਜਾਣਾ ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਵੀਡੀਓ ਵੱਲ ਬਾਕੀ ਕੱਲ ਵੀਰਦੀਪ ਸਿੱਧੂ ਦੇ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਦਮਾ ਟੋਡਰਮਾਲ ਹਾਲ ਦੇ ਵਿੱਚ ਪਾਈ ਜਾਣਗੇ ਜਿੱਥੋਂ ਦੇ ਸਿੱਧੇ ਪ੍ਰ ਦੇ ਲਾਈਵ ਤੁਹਾਡੇ ਨਾਲ ਲਿੰਟਡ ਗਿਆ ਤੇ ਸਾਂਝੇ ਕੀਤੇ ਜਾਣਗੇ ਸੋ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਉਸੇ ਸਮੇਂ ਮਿਲਦਾ ਰਹੇ ਹਾਂਜੀ ਪੰਜਾਬ ਵਾਲਿਓ ਸਾਡਾ ਸਾਡਾ ਹੁਣ ਸ਼ਹੀਦ ਹੋਇਆ ਠੀਕ ਆ ਦੀਪ ਸਿੰਘ ਸਿੱਧੂ ਸਾਡਾ ਸ਼ਹੀਦ ਹੋਇਆ ਠੀਕ ਆ ਉਹ ਨਿੱਕੀ ਉੱਥੇ ਬੋਲੀ ਜਾਂਦਾ ਕਿ ਉਹਨੂੰ ਨਹੀਂ ਪਤਾ ਕੀ ਬੋਲਦਾ ਸਾਰਾ ਕੁਝ ਉਹਨੂੰ ਪਤਾ ਸੀ ਕੀ ਬੋਲਦਾ ਆ ਠੀਕ ਆ ਜਦੋਂ ਬੋਲਦਾ ਨਾ ਉਹਦੇ ਵਿੱਚ ਪਾਜ਼ ਨਹੀਂ ਆਉਂਦਾ ਜਿਵੇਂ ਤੇਰੇ ਚਾਹੁੰਦਾ ਆ ਸੋਚਦਾ ਆ ਫਿਰ ਬੋਲਦਾ ਆ ਮੇਰੇ ਜਿਹਾ ਤੇ ਸਿੱਧੂ ਚ ਕਦੇ ਪਾਜ਼ ਨਹੀਂ ਆਉਂਦਾ ਬੋਸ ਮਤਲਬ ਉੱਥੇ ਕੜੀ ਰੁਕ ਨਹੀਂ ਜਾਂਦੀ ਠੀਕ ਆ ਮੈਂ ਉਹ ਆਪਣੇ ਆਪ ਨੂੰ ਕੰਪੇਅਰ ਨਹੀਂ ਕਰਦਾ ਠੀਕ ਆ ਤੇ ਭਾਈ ਮੈਂ ਤੁਹਾਨੂੰ ਕੰਮ ਦੀ ਗੱਲ ਦੱਸਣੀ ਚਾਹੁੰਦਾ ਆ ਕਿ ਦੀਪ ਸੂਤ ਦਾ ਮੈਨੂੰ ਲੱਗਦਾ ਕਤਲ ਹੋਇਆ ਆ ਠੀਕ ਆ ਪਹਿਲੀ ਗੱਲ ਤਾਂ ਉਹਨੇ ਜਿਹੜੀ ਪੈਂਟ ਪਾਈ ਸੀ ਡਿਫਰੈਂਟ ਏ ਹੁਣ ਉਹ ਤਾਂ ਖैर ਕਈ ਲੋਕਾਂ ਨੇ ਪਾ ਰੱਖੀ ਆ ਮਗਰ ਉਹਥੇ ਬਲੂ ਜੀਨ ਆ ਗਈ ਜਦੋਂ ਤੁਸੀਂ ਹਸਪੀਟਲ ਚ ਹੁੰਦੇ ਹੋ ਨਾ ਉੱਥੇ ਉਹ ਸਕਰਬਸ ਪਾ ਜਾਂਦੇ ਨੇ ਡਾਕਟਰ ਵੀ ਕੁੰਦੇ ਪੰਜਾਬੀ ਪਜਾਮੇ ਪਾਉਣੇ ਉਹ ਪਾਏ ਜਾਂਦੇ ਆ ਜੀਨ ਕਿੱਥੋਂ ਲੈ ਕੇ ਆਏ ਜੀਨ ਤਾਂ ਮਿਰਚਾ ਕਿੱਥੋਂ ਲਿਆ ਉਹਨਾਂ ਨੇ ਪਾਇਆ ਉਹ ਵੀ ਗਲਤ ਗੱਲ ਸੀ ਠ ਤਨੂੰ ਮੇਨ ਗੱਲ ਮੈਂ ਇਹ ਦੱਸਦਾ ਆ ਕਿ ਜਿਹੜੇ ਫਰੈਂਸਿਕ ਤਨ ਡਾਕਟਰਾਂ ਨੇ ਤਿੰਨ ਡਾਕਟਰਾਂ ਨੇ ਉਹਦਾ ਪੋਸਟਮਾਰਟਮ ਕੀਤਾ ਪੋਸਟਮਾਰਟਮ ਉਦੋਂ ਕਰਦੇ ਆ ਕਿ ਪਤਾ ਲੱਗੇ ਕਿ ਬੰਦੇ ਦੀ ਜਾਨ ਗਈ ਕਿਵੇਂ ਠੀਕ ਆ ਉਹਨੇ ਕਿਹਾ ਹੈਡ ਇੰਜਰੀ ਹੋਈ ਸੀ ਤਾਂ ਕਰਕੇ ਜਾਨ ਗਈ ਹੈਡ ਇੰਜਰੀ ਵਿੱਚ ਦਾ ਮਤਲਬ ਹੈ ਕਿ ਇੱਕ ਵੱਡੀ ਹੋਲ ਸੀਗੀ ਠੀਕ ਆ ਹੋਲ ਵਿੱਚ ਗੋਲੀ ਮਾਰੀ ਹੋਈ ਸੀ ਜੇ ਗੋਲੀ ਮਾਰੀ ਹੋਈ ਸੀ ਸਿਮਰ ਸਿੰਘ ਨੂੰ ਚਾਹੀਦਾ ਸੀ ਜਿਸ ਸੁਧੂ ਦੇ ਭਰਾ ਨੂੰ ਚਾਹੀਦਾ ਸੀ ਉਹਨਾਂ ਦਾ ਪ੍ਰਾਈਵੇਟ ਪੋਸਟਮਾਰਟਮ ਕਰਾਉਂਦੇ ਪ੍ਰਾਈਵੇਟ ਹਨਾ ਐਮ ਆਰ ਆਈ ਕਿਹ ਨਹੀਂ ਕਰਾਉਣੀ ਆ ਪਤਾ ਲੱਗ ਜਾਂਦਾ ਐਕਸ ਰੇ ਕਰਾ ਲੈਂਦੇ ਪਤਾ ਲੱਗ ਜਾਂਦਾ ਤੇ ਦੂਜੀ ਤੀਜੀ ਗੱਲ ਇਹ ਆ ਕਿ ਜਿਹੜੇ ਜਿੰਨੇ ਤਿੰਨ ਡਾਕਟਰ ਜਿਹੜੇ 300 ਕਲਸੀਵਲ ਡਾਕਟਰ ਆ ਨਾ ਸਿਵਲ ਸਰਜਨ ਉੱਥੇ ਹਨਾ ਜਿਹੜੇ ਉਹ ਰਿਜ਼ਰਵੇਸ਼ਨਾਂ ਤੇ ਡਾਕਟਰ ਬਣੇ ਹੋਇਆ ਉਹਨੂੰ ਪਤਾ ਸਾਰੇ ਇਹੀ ਹੁੰਦੇ ਆ ਉਹਨਾਂ ਨੇ ਸਕਲ ਦਾ ਐਕਸ-ਰੇ ਲਿਆ ਕਿ ਫ੍ਰੈਕਚਰ ਹੋਇਆ ਕਿਤੇ ਐਮ ਆਰ ਆਈ ਸਕੈਨ ਕੀਤੀ ਕਿ ਬ੍ਰੇਨ ਨੂੰ ਕੰਟਿਊਜਨ ਹੋਈ ਆ ਕਿ ਨਹੀਂ ਹੋਈ ਤੇ ਉਹਦੇ ਮੂੰਹ ਤੇ ਸੋਜ ਆਇਆ ਹੋਇਆ ਸੀ ਆ ਜਿਹੜੀਆਂ ਸਾਡੀਆਂ ਆ ਸਾਡੀਆਂ ਜਿਹੜੀਆਂ ਬੋਨਸ ਹੁੰਦੀਆਂ ਨਾ ਇਹਨਾਂ 'ਚ ਚੱਪ ਉਹੀ ਪੈ ਜਾਂਦੇ ਜਿਹੜੇ ਬੌਕਸਿੰਗ ਵਾਲੇ ਨਹੀਂ ਹੁੰਦੇ ਕਿੰਨੇ ਚੱਪ ਚੱਪ ਪੈ ਜਾਂਦੇ ਸਵੈਲਿੰਗ ਹੋ ਜਾਂਦੀ ਉਹਦਾ ਮੂੰਹ ਸੁੱਜਿਆ ਹੋਇਆ ਠੀਕ ਆ ਬਲੱਡ ਥੱਲੇ ਆ ਸਕਦਾ ਪਰ ਇਹਨੂੰ ਆਉਣ ਲਈ ਕਈ ਘੰਟੇ ਚਾਹੀਦੇ ਇਹਦਾ ਮਤਲਬ ਉਸ ਟਾਈਮ ਤੇ ਉਹਦੀ ਡੱਥ ਨਹੀਂ ਹੋਈ ਪਹਿਲਾਂ ਹੋਈ ਸੀ ਕਿਉਂਕਿ ਜੇ ਇੱਥੇ ਬਲੱਡ ਹੋਊਗਾ ਕਿ ਸੱਟ ਇੱਥੇ ਤੁਸੀਂ ਮੇਰੇ ਮੁੱਕਾ ਮਰੋਗੇ ਨਾ ਬਲੱਡ ਥੱਲੇ ਆ ਜਾਊਗਾ ਉਹਨੂੰ ਕਹਿੰਦੇ ਆ ਬਲੈਕ ਆਈ ਹੈ ਨਾ ਉਹਦੀ ਬਲੈਕ ਆਈ ਨਹੀਂ ਹੋਈ ਸੀ ਕੱਲਾਂ ਸੁੱਜੀਆਂ ਹੋਈਆਂ ਸੀ ਮਤਲਬ ਜਿਹੜਾ ਇੱਥੇ ਬਲੱਡ ਨਿਕਲਿਆ ਉਹ ਸਾਰਾ ਥੱਲੇ ਸੀਪ ਹੋ ਗਿਆ ਸੀ ਮਤਲਬ ਥੱਲੇ ਉਹ ਚਲਿਆ ਗਿਆ ਗ੍ਰੈਵਿਟੀ ਕਰਕੇ ਜਦ ਇੱਥੇ ਸੁੱਜਾ ਹੁਣ ਇੱਥੇ ਸੱਟ ਲੱਗਦੀ ਹੈ ਨਾ ਸੁੱਜਾ ਥੱਲੇ ਹੁੰਦਾ ਉਹਨੂੰ ਕਹਿੰਦੇ ਗ੍ਰੈਵਿਟੀ ਠੀ ਸੋ ਉਹ ਵੀ ਉੱਥੇ ਮਾਨ ਨਹੀਂ ਰੱਖਦੀ ਕਿਉਂਕਿ ਗੋਲੀ ਜੇ ਵੱਜੀ ਹੋਊ ਉਹਨਾਂ ਨੇ ਕੱਢਦੇ ਹੋਊਗੀ ਐਂਟਰੀ ਪੁਆਇੰਟ ਹੁੰਦਾ ਐਗਜ਼ਿਟ ਪੁਆਇੰਟ ਹੁੰਦਾ ਉਹਦਾ ਉਹਨਾਂ ਨੇ ਕੋਈ ਸੋਚ ਦਿੱਤਾ ਨਹੀਂ ਐਮ ਆਰ ਆ ਸਕੈਨ ਨਹੀਂ ਕਰਾਇਆ ਵੀਨ ਬ੍ਰੇਨ ਵਾਸਤੇ ਜਿਹੜੀਆਂ ਫੇਸ਼ੀਅਲ ਇੰਜਰੀ ਹੁੰਦੀਆਂ ਨਾ ਜਿੱਥੇ ਚੱਪੇ ਜਾਂਦੇ ਆ ਇਹ ਅਸੀਂ ਰੋਹ ਦੇਖਦੇ ਹਾਂ ਜਿਹੜੀਆਂ ਠੀਕ ਆ ਮੈਂ ਡਾਕਟਰ ਆ ਠੀਕ ਆ ਤੇ ਭਾਈ ਉਹ ਉਹ ਉਹਦਾ ਵੀ ਫੇਸ਼ੀਅਲ ਐਕਸ-ਰੇ ਕਰਾਉਣੇ ਚਾਹੀਦੇ ਸੀ ਉਹਨਾਂ ਨੂੰ ਕਿ ਕਿੱਥੇ ਕਿੱਥੇ ਚੱਪੇ ਆ ਮੂੰਹ ਤੇ ਮੁੱਕਾ ਮਾਰਿਆ ਜਾਂ ਕੀ ਮਰਿਆ ਕੋਈ ਐਕਸ-ਰੇ ਹੋਇਆ ਐਕਸ-ਰੇ ਫੇਸ ਦਾ ਚਾਹੀਦਾ ਸੀ ਪ੍ਰੋਪਰ ਤਾਂ ਐਮ ਆਰ ਆਈ ਚਾਹੀਦੀ ਸੀ ਆਰਬਿਟ ਇੱਥੇ ਆਰਬਿਟ ਜਿਹੜੀਆਂ ਸਾਡੀਆਂ ਨੂੰ ਆ ਰੋਬੋਟਿਕ ਆਰਬਿਟ ਕਹਿੰਦੇ ਅਸੀਂ ਠੀਕ ਆ ਇੱਥੇ ਕਿੱਥੇ ਕਿੱਥੇ ਜਦੋਂ ਬਾਕਸਿੰਗ ਖੇਡਦੇ ਆ ਅਸੀਂ ਕਿੱਥੇ ਕਿੱਥੇ ਮੁੱਕੇ ਵੱਜਦੇ ਆ ਕਿੱਥੇ ਕਿੱਥੇ ਟੱਟਦੀਆਂ ਆ ਉਹ ਸਾਰੀਆਂ ਜਾਂ ਐਕਸ-ਰੇ ਚ ਆਉਣੀਆਂ ਸੀ ਜਾਂ ਐਮ ਆਰ ਆਈ ਸਕੈਨ ਚ ਆਉਣੀਆਂ ਸੀ ਜਾਂ ਸੀ ਡੀ ਸਕੈਨ ਚ ਆਉਣੀਆਂ ਸੀ ਉਹ ਜਿਹੜੇ ਤਿੰਨ ਨਕਲੀ ਡਾਕਟਰ ਆ ਹਨਾ ਜਿਹੜੇ ਜਰਬ ਵਿਸ਼ਾ ਦੇ ਉੱਤੇ ਬੈਠੇ ਆ ਉਹਨਾਂ ਨੇ ਕਰਾਈਆਂ ਪਤਾ ਨਹੀਂ ਕਰਾਈਆਂ ਕਿ ਨਹੀਂ ਕਰਾਈਆਂ ਪਰ ਉਹਨੂੰ ਅਸੀਂ ਕੋਰਟ ਵਿੱਚ ਚੈਲੰਜ ਕਰ ਸਕਦੇ ਆ ਠੀਕ ਆ ਉਸ ਤੋਂ ਬਾਅਦ ਇਹ ਇਹ ਆ ਡੈਸ਼ਬੋਰਡ ਆ ਤੇ ਜਦੋਂ ਉਥੇ ਸੱਟ ਲੱਗੂਗੀ ਮੇਰੇ ਗੋਡੇ ਟੁੱਟਣਗੇ ਟੁੱਟੇ ਨਹੀਂ ਤਾਂ ਨਿਕਲਣਗੇ ਇਸ ਲੋਕੇਸ਼ਨ ਤਾਂ ਹੋਊਗੀ ਨਾ ਫਿਰ ਪਿੱਛੇ ਸਾਡੀ ਹਿੱਪ ਆ ਆ ਮੇਰਾ ਜਿਹਨੂੰ ਲੱਕ ਕਹਿੰਦੇ ਆ ਸੀ ਹਨਾ ਲੱਕ ਵੀ ਪਿੱਛੇ ਨਿਕਲੂਗਾ ਹਨਾ ਸੋ ਲੱਕ ਦੇ ਵਿੱਚ ਕੀ ਹੁੰਦਾ ਆ ਹੁਣ ਮੈਂ ਤੁਹਾਨੂੰ ਸੌਰੀ ਮੈਂ ਥੋੜਾ ਇੱਥੇ ਬੈਠਾ ਆਏ ਆਈ ਹੁੰਦਾ ਜੋਇੰਟ ਹਨਾ ਆਏ ਜੋਇੰਟ ਆ ਜਿੱਥੇ ਸੱਟ ਲੱਗੂਗੀ ਜੋਇੰਟ ਬਾਹਰ ਨਿਕਲੂ ਇੱਥੇ ਜਾਊਗਾ ਇੱਥੇ ਜਾਊਗਾ ਇਹਨੂੰ ਕਹਿੰਦੇ ਡਿਸਲੋਕੇਸ਼ਨ ਹਨਾ ਉਹ ਨਹੀਂ ਹੋਈ ਹਨਾ ਗੋਡੇ ਦੇ ਨਿਕਲੇ ਪੈਰ ਨਹੀਂ ਟੁੱਟੇ ਤਾਂ ਉਹਦੇ ਵਿੱਚ ਕੋਈ ਮਸਲਾ ਤਾਂ ਹੈਗਾ ਆ ਪ੍ਰੋਬਲਮ ਤਾਂ ਹੈਗੀ ਆ ਹਨਾ ਯਾ ਸ਼ਰਤ ਤੋਂ ਸ਼ੁਰੂ ਕਰ ਲੋ ਮੈਂ ਮੈਂ ਬੜੀਆਂ ਐਕਸੀਡੈਂਟ ਦੇਖਿਆ ਲੋਕਾਂ ਦੇ ਬਹੁਤ ਦੇਖਿਆ ਠੀਕ ਆ ਮਨ ਵੀ ਖਰਾਬ ਹੁੰਦਾ ਆ ਤੇ ਭਾਈ ਮੈਂ ਇੱਕ ਇੱਥੇ ਇੱਕ ਰੋਡ ਤੇ ਨਾ ਰੋਡ ਅਫੈਕਟਸ ਨੂੰ ਸੀ ਇੱਕ ਪੋਰਸ ਵਾਲੀ ਸੀਗੀ ਉਹਨੇ ਸਟਰਨਲੀ ਬ੍ਰੇਕਾਂ ਲਾਈਆਂ ਸਾਡੇ ਇੱਥੇ 30 40 ਦੀ ਸਪੀਡ ਆ ਉਹਦੀ ਸਪੀਡ ਮੇ ਇਹ ਵੀ 60 ਕ ਮਾਈਲ ਹੋਣੀ ਆ 60 ਵਾਲ ਦਾ ਮਤਲਬ 100 ਕਿਲੋਮੀਟਰ ਹੋਣੀ ਆ ਹਨਾ ਫੱਡੀ ਉਹ ਕੀ ਹੁੰਦੇ ਆ ਉਹ ਇੰਡੀਆ ਵਾਲੀ ਹੋਗੀ ਹਨਾ ਉਨੇ ਬ੍ਰੇਕਾਂ ਲਾਈਆਂ ਸੱਡਨ ਲਈ ਤੇ ਉਹਨੇ ਬੈਲਟ ਨਹੀਂ ਲਾਈ ਸੀ ਉਹਦਾ ਸਿਰ ਸਿੱਧਾ ਸ਼ੀਸ਼ੇ 'ਚ ਲੱਗਿਆ ਜੇ ਇਹਦਾ ਵੀ ਲੱਗਿਆ ਸ਼ੀਸ਼ੇ ਦੇ ਸਿਰ ਤਾਂ ਉੱਥੇ ਨਾ ਬਰੂਜ਼ ਹੋਊਗਾ ਗਲੀ ਨਹੀਂ ਹੋਊਗੀ ਹੈਨਾ ਗਲੀ ਨਹੀਂ ਹੋਣੀ ਚਾਹੀਦੀ ਇਹ ਇੱਥੇ ਸੱਟ ਲੱਗੂਗੀ ਸੋਜਾ ਆ ਜਾਊਗਾ ਵਾਟ ਐਵਰ ਬਟ ਗਲੀ ਅੰਦਰ ਨਹੀਂ ਗਲੀ ਉਦੋਂ ਹੀ ਹੁੰਦੀ ਹੈ ਜਦੋਂ ਸਰੀਆ ਮਾਰਦੇ ਆ ਜਾਂ ਥੋੜੀ ਮਾਰਦੇ ਆ ਕੁਝ ਵੀ ਮਾਰਦੇ ਆ ਠੀਕ ਆ ਸੋ ਉਹਦੇ ਇੱਥੇ ਬਰੂਜ਼ ਤਾਂ ਕਿਤੇ ਹੈ ਨਹੀਂ ਸੀ ਇੱਕ ਗਲੀ ਸੀਗੀ ਤੁਸੀਂ ਵੀ ਸਿੰਘ ਮਾਨ ਸਹੀ ਵੀ ਹੋ ਸਕਦਾ ਕਿ ਗੋਲੀ ਮਾਰੀ ਹੋਵੇ ਰਸੀਬ ਸਿੰਘ ਮਾਨ ਨੇ ਉਹਦਾ ਨਾ ਉਹਦੇ ਭਰਾ ਨੇ ਦੀਪ ਸੂਦੇ ਨੇ ਉਹਦਾ ਐਮ ਆਰ ਆਈ ਸਕੈਨ ਨਹੀਂ ਕਰਾਇਆ ਐਕਸੀਡੈਂਟ ਨਹੀਂ ਕਰਾਇਆ ਐਫ ਸੇ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਸੋ ਕਿਤਨਾ ਕਿਤੇ ਗੜਬੜਿਆ ਠੀਕ ਆ ਬਾਕੀ ਇਹ ਹੁੰਦਾ ਕਿਸੇ ਦਾ ਹੰਸ ਟੁੱਟ ਗਿਆ ਠੀਕ ਆ ਜਦੋਂ ਸੀਟ ਬੈਲਟ ਲਾਈ ਹੁੰਦੀ ਹੈ ਨਾ ਸੀਟ ਬੈਲਟ ਦੀਆਂ ਬਰੂਜ਼ਿਸ ਹੁੰਦੀਆਂ ਬਰੂਜ਼ੀ ਮਤਲਬ ਇੱਥੇ ਸਾਡੇ ਨਿਸ਼ਾਨ ਪੈ ਜਾਂਦੇ ਇੱਥੇ ਵਹਾਂ ਤੇ ਠੀਕ ਆ ਉਹ ਤਾਂ ਉਹਦੇ ਦਿਖੇ ਨਹੀਂ ਕਿਤੇ ਨਾ ਉਹਨੇ ਦਿਖਾਇਆ ਕਿਤੇ ਸੀਟ ਬੱਟੋ ਨੇ ਲਾਈ ਸੀ ਨਹੀਂ ਲਾਈ ਸੀ ਸਾਨੂੰ ਨਹੀਂ ਪਤਾ ਠੀਕ ਆ ਪਰ ਜਦੋਂ ਸੀਟ ਬੈਲਟ ਲੱਗੀ ਹੋਊਗੀ ਮੂਰੇ ਗਿਆ ਉਹਦਾ ਸ਼ੀਸ਼ੇ 'ਚ ਸਿਰ ਲੱਗਿਆ ਵੀ ਉਹ ਇੱਕ ਤਰ੍ਹਾਂ ਨਾਲ ਆਇ ਲੱਗੂਗਾ ਜਿਵੇਂ ਤੁਸੀਂ ਕੱਪੜੇ ਤੇ ਥੱਪੀ ਮਾਰੀ ਹੁੰਦੀ ਹੈ ਨਾ ਕੀ ਨਾ ਕੀ ਤੁਸੀਂ ਕੱਪੜੇ ਚ ਨਾਈਫ ਮਾਰਿਆ ਹੁੰਦਾ ਹੈ ਠੀਕ ਆ ਉਹ ਇੱਕ ਬਲੰਟ ਇੰਜਰੀ ਹੋਣੀ ਸੀ ਪਰ ਇਹਦੀ ਇੱਕ ਸ਼ਾਰਪ ਇੰਜਰੀ ਆ ਠੀਕ ਆ ਉਹ ਵੀ ਉੱਥੇ ਫਿੱਟ ਨਹੀਂ ਬੈਠਦੀ ਠੀਕ ਆ ਪਰ ਉਹਦਾ ਪ੍ਰਾਈਵੇਟ ਪੋਸਟਮੈਨ ਤੁਸੀਂ ਕਰਾ ਸਕਦੇ ਸੀ ਠੀਕ ਆ ਬਾਹਰੋਂ ਕਿਸੇ ਨੂੰ ਬੁਲਾ ਸਕਦੇ ਸੀ ਕਿੰਨੇ ਉੱਥੇ 10-20 ਹਜ਼ਾਰ ਦੀ ਉਹ ਐਮ ਆਰ ਆਈ ਸਕੈਨ ਹੁੰਦੀ ਹੈ ਹੁਣ ਤਾਂ 5-5 ਹਜ਼ਾਰ ਦੀ ਹੋਊਗੀ ਉਹ ਕਰਾਉਣੀ ਚਾਹੀਦੀ ਸੀ ਉਹਨਾਂ ਨੇ ਨਹੀਂ ਕਰਾਈ ਹੋ ਸਕਦਾ ਕਿਸ ਨੇ ਉਹਨਾਂ ਦੀ ਫੈਮਲੀ ਤੇ ਵੀ ਦਬਾਅ ਪਾਇਆ ਹੋਵੇ ਕਿ ਮਾਮਲਾ ਠੰਡਾ ਰੱਖੋ ਨਹੀਂ ਤਾਂ ਤੁਹਾਨੂੰ ਵੀ ਮਾਰ ਦੇਣਾ ਵੀ ਡੋਟ نو ਦੈਟ ਸੌਰੀ ਜੀ ਮੈਂ ਕਹਤਾ ਠੀਕ ਆ ਸਿਰ ਬਾਕੀ ਭਾਈ ਲੱਗਦੇ ਆਗੇ ਚੂਲੇ ਨਿਕਲ ਜਾਂਦੇ ਲੋਕਾਂ ਦੇ ਗੁੱਡੇ ਟੁੱਟ ਜਾਂਦੇ ਦੋ ਡੈਸ਼ਬੋਰਡ ਡੈਸ਼ਬੋਰਡ ਨਾਲ ਗੁੱਡੇ ਲੱਗਦੇ ਨਾ ਗੁੱਡਿਆਂ ਤੇ ਬਰੂਜ਼ ਵੀ ਹੁੰਦੇ ਆ ਬਰੂਜ਼ ਤਾਂ ਮਤਲਬ ਉੱਥੇ ਸੱਟਾਂ ਲੱਗੀਆਂ ਹੁੰਦੀਆਂ ਨੀਲ ਪਈ ਹੁੰਦੀਆਂ ਠੀਕ ਆ ਫਿਰ ਇਹ ਕ ਮੇਰੇ ਭਰਾ ਨੇ ਲਿਖਿਆ ਕਿ ਦੀਦ ਸਿੱਧੂ ਦੇ ਆ ਖੱਬੀ ਬਾਹ ਤੇ ਨਾ ਮੇਰੀ ਖੱਬੀ ਬਾਹਾਂ ਠੀਕ ਆ ਇੱਥੇ ਪਤਾ ਨਹੀਂ ਕੀ ਲਿਖਦੀ ਆ ਉੱਥੇ ਉੱਥੇ ਨਿਸ਼ਾਨ ਪਏ ਹੋਏ ਸੀਗੇ ਜ ਖੋਲੀ ਉਹਨੂੰ ਫੜਿਆ ਬੰਦੇ ਨੂੰ ਕੁਝ ਵੀ ਫੜਿਆ ਠੀਕ ਆ ਤੇ ਮੋਸਟਲੀ ਸੱਜੀ ਬਾਹ ਤੇ ਖੱਬੀ ਦੋਨ ਕਿਤੇ ਵੀ ਹੋ ਸਕਦਾ ਜਦੋਂ ਤੁਸੀਂ ਮੇਰੇ ਬੁੱਤੇ ਮੁੱਕੇ ਮਾਰੋਗੇ ਨਾ ਮੈਂ ਐਂ ਕਰ ਲੈਣਾ ਆ ਠੀਕ ਆ ਬਾਹਾਂ ਤੇ ਸੱਟ ਲੱਗਦੀ ਆ ਉਥੋਂ ਪਤਾ ਲੱਗ ਜਾਂਦਾ ਕਿ ਉਹਨੂੰ ਟਾਰਚਰ ਕੀਤਾ ਗਿਆ ਯਾ ਸਾਡੇ ਦੀਪ ਸਿੱਧੂ ਵੀਰ ਨੂੰ ਟਾਰਚਰ ਕੀਤਾ ਹੋ ਸਕਦਾ ਆ ਠੀਕ ਆ ਹੋ ਸਕਦਾ ਆ ਯਾ ਸੋ ਕਿੰਨਾ ਕੁਸ਼ ਹੁੰਦਾ ਆ ਰਿਪੋਰਟਸ ਕੀਆ ਹੈਡ ਇੰਜਰੀ ਹੋਈ ਆ ਉਹ ਵੀ ਗਲੀ ਹੋਈ ਹੋਈ ਆ ਗਲੀ ਯਾ ਗਲੀ ਹੋਈ ਆ ਹੈਡ ਇੰਜਰੀ ਤਾਂ ਮਲ ਹੁੰਦਾ ਮੁੱਕਾ ਮਾਰਿਆ ਇੱਥੇ ਪੱਥਰ ਮਾਰਿਆ ਮੈਂ ਸਾਰਾ ਕੁਝੁੱਜੂਗਾ ਇੱਥੇ ਸਕਿਨ ਦਿਖੂਗੀ ਬਹੁਤ ਕੁਝ ਦਿਖ ਪਰ ਉੱਥੇ ਗਲੀ ਹੋਈ ਹੋਈ ਆ ਸੋ ਹੋ ਸਕਦਾ ਨੇ ਮਾਰਿਆ ਹੋਵੇ ਹੋ ਸਕਦਾ ਉਹ ਜਿਹੜੀ ਗੋਲੀ ਅੰਦਰ ਗਈ ਉਹਨਾਂ ਨੇ ਮਗਰੋਂ ਉੱਥੋਂ ਕੱਢਤੀ ਹੋਵੇ ਪਲਾਸ ਲੈ ਕੇ ਹਨਾ ਬਾਹਰ ਕੱਢਤੀ ਹੋਵੇ ਸੋ ਉਹਦਾ ਜੇ ਤੁਸੀਂ ਮੈਡੀਕਲਿਕਲੀ ਉਹਦਾ ਤੁਸੀਂ ਕੇਸ ਉੱਥੇ ਪਉਣਾ ਆ ਨਾ ਕ੍ਰਿਮੀਨਲ ਕੇਸ ਦਾ ਕਿਦੀ ਬ੍ਰੇਨ ਦਾ ਸਕਲ ਐਕਸ-ਰੇ ਦਿਖਾ ਐਮ ਆਰ ਆਈ ਸਕੈਨ ਦਿਖਾ ਅੰਦਰ ਬ੍ਰੇਨ ਦਾ ਐਮ ਆਰ ਆਈ ਸਕੈਨ ਦਿਖਾ ਆ ਜਿਹੜੀ ਕਿ ਆਰਬਿਟਰਲ ਬੋਨ ਹੈ ਆ ਛੜੀ ਜਿੱਥੇ ਮੈਗ ਟਲਾਇਆ ਇਹਦੀਆਂ ਬੋਨ ਤਖਾ ਕਿਤੇ ਕਿਤੇ ਸੱਟ ਲੱਗੀ ਹੈ ਠੀਕ ਆ ਕਈਆਂ ਦਾ ਜਵਾੜਾ ਵੀ ਹੱਲੇ ਜਾਂਦਾ ਜਦੋਂ ਮੁੱਕੇ ਮੁੱਕੇ ਮਾਰਦੇ ਆ ਠੀਕ ਆ ਉਹਦਾ ਜਵਾੜਾ ਪਤਾ ਮੈਨੂੰ ਨਹੀਂ ਲੱਗਦਾ ਹਿੱਲਿਆ ਹੋਣਾ ਟੁੱਟਿਆ ਹੋਇਆ ਸੀ ਕਿ ਨਹੀਂ ਟੁੱਟਿਆ ਉਹਨਾਂ ਨੇ ਸਿਰਫ ਇੱਕ ਫਾਉਂਡਿੰਗ ਦਿੱਤੀ ਆ ਜਿਹੜੇ ਫੋਰੈਂਸਿਕ ਡਾਕਟਰ ਹੁੰਦੇ ਨਾ ਉਹ ਤੁਹਾਨੂੰ ਉਹ ਫਾਉਂਡਿੰਗ ਦਿੰਦੇ ਕਿ ਡੈਥ ਹੋਈ ਕਿਵੇਂ ਉਹਨਾਂ ਦੀ ਮੈਡੀਕਲ ਇੰਨੀ ਕੀ ਜ਼ਿੰਮੇਵਾਰੀ ਹੈ ਹੁਣ ਸਾਡੇ ਕੋਲ ਪੇਸ਼ੈਂਟ ਆਉਂਦੇ ਇਹਦੀ ਡੈਥ ਹੋਈ ਕਿ ਮੈਂ ਕਹਿੰਦਾ ਉਹਨੂੰ ਹਾਰਟ ਅਟੈਕ ਹੋ ਗਿਆ ਇਹਨੂੰ ਸਟ੍ਰੋਕ ਹੋ ਇਆ ਜਮਾ ਡੈਮੇਜ ਸੀਗੀ ਉਹ ਜੋ ਲੋਕਾਂ ਨੇ ਕਿਹਾ ਕਿ ਬੰਦਾ ਕਾਰ ਨੂੰ ਕੱਟ ਕੇ ਕੱਢਿਆ ਜਾ ਸਕਦਾ ਐਸੇ ਮੈਂ ਪੇਸ਼ੈਂਟ ਦੇਖਿਆ ਸੀ ਮੇਰੀ ਕਲੀਨਿਕ ਤੇ ਬਾਹਰ ਉਹ ਲੇਡੀ ਸੀ ਪੋਰਸ ਵਾਲੀ ਜਾਂ ਉਹਦੇ ਸਿਰ ਤੇ ਸੱਟ ਕੋਈ ਜ਼ਖਮ ਵੀ ਹੈ ਨਹੀਂ ਸੀ ਉਹਦਾ ਸ਼ੀਸ਼ੇ 'ਚ ਸੱਟ ਲੱਗਾ ਸੀ ਸ਼ੀਸ਼ੇ ਸਕਰੀਨ ਆ ਜਿਹੜੀ ਵਿੰਡਸਕਰੀਨ ਹੁੰਦੀ ਹੈ ਨਾ ਫਰੰਟ ਵਾਲੀ ਉਹ 'ਚ ਤੇੜਾ ਹੀ ਹੋਈ ਸੀ ਪਰ ਉਹਦੇ ਸਿਰ ਤੇ ਕੋਈ ਨਿਸ਼ਾਨ ਨਹੀਂ ਸੀ ਠੀਕ ਆ ਡੇਢ ਘੰਟਾ ਲੱਗਾ ਉਹਨੂੰ ਕਾਰ 'ਚ ਕੱਢਣ ਵਾਸਤੇ ਜਦੋਂ ਕਿ ਉਹਨੂੰ ਉਹੀ ਕੱਢ ਸਕਦੇ ਸੀ ਸੋ ਇੱਥੇ ਉੱਥੇ ਨੇ ਚਿੱਟੀ ਪਿੰਟ ਪਾਈ ਆ ਮਗਰ ਉਹ ਬਲੂ ਪਾਈ ਹੋਈ ਆ ਕਿਤੇ ਨਾ ਕਿਤੇ ਕੜਬੜ ਹੈਗੀ ਆ ਠੀਕ ਆ ਮੈਨੂੰ ਲੋਕ ਫੋਨ ਕਰੀ ਜਾਂਦੇ ਆ ਤੇ ਮੇਰਾ ਫੋਨ ਨਹੀਂ ਚੱਕਦਾ ਤਾਂ ਮੈਂ ਬਤਨਾਮ ਕਰ ਦੂ ਉਹ ਕਰ ਦੂ ਮੈਂ ਕਿਹਾ ਵੀਰੇ ਅਸੀਂ ਯਾਰ ਥੋੜੇ ਇਮੋਸ਼ਨਲ ਆ ਮੈਂ ਵੀਡੀਓ ਪਾ ਤਾ ਨੇ ਤਾਂ ਭਲੇ ਇਹ ਤਾਂ ਨਹੀਂ ਹੁਣ ਮੈਂ ਇਕੱਲੇ-ਇਕੱਲੇ ਨੂੰ ਜਵਾਬ ਦੇ ਮਾਂ ਤੁਹਾਨੂੰ ਮੈਂ ਤੁਸੀਂ ਉਹਦੇ ਬਰੋਧ ਹੀ ਹੋ ਸਕਦੇ ਹੋ ਠੀਕ ਆ ਮੈਂ ਕੋਈ ਫ੍ਰੈਂਸਿਕ ਸਾਇੰਸਿਸਟ ਤਾਂ ਨਹੀਂ ਕਾ ਠੀਕ ਆ ਮੈਂ ਮਥੜੜਾ ਕੰਮ ਮਾਤੜ ਬੰਦਾ ਆ ਠੀਕ ਆ ਸੋ ਫਿਰ ਮੈਂ ਆਨੇ ਪਬਲਿਸ਼ ਕਰਤਾ ਪੇਚ ਨਾ ਕਾ ਯਾਰ ਗੰਦੇ ਇਥੇ ਪੰਜਾਜ ਪਤਾ ਨਹੀਂ ਕੀ ਹੋਣਾ ਹੈ ਠੀਕ ਆ ਗੰਦੇ ਆ ਗਾਲਾਂ ਇੰਨੇ ਇੰਨੇ ਟੈਕਸਟ ਮੈਸੇਜ ਆਉਂਦੇ ਨਾ ਮੈਂ ਇੰਨਾ ਸਟਾਰ ਸਟੂਡ ਨਹੀਂ ਹੈਗਾ ਯਾਰ ਪਤਾ ਨਹੀਂ ਲੋਕਾਂ ਨੂੰ ਉਮੀਦਾਂ ਹੁੰਦੀਆਂ ਆ ਠੀਕ ਆ ਜਿਵੇਂ ਮੈਨੂੰ ਥੋੜੇ ਤੋਂ ਉਮੀਦਾਂ ਆ ਕਿ ਬੋਰਡ ਕਿਹਨੂੰ ਪਾਈ ਆ ਤੁਸੀਂ ਹਾਂ ਮੈਨੂੰ ਪਤਾ ਸੀ ਮੀਸੀ ਮਾਨ ਨੇ ਜਿੱਤੇ ਜਾਣਾ ਆ ਭਗਵੰਤ ਮਾਨ ਨੇ ਵੀ ਜਿੱਤੇ ਜਾਣਾ ਆ ਮੂਸੇ ਵਾਲੇ ਨੇ ਵੀ ਜਿੱਤੇ ਜਾਣਾ ਆ ਪਰ ਸਾਡਾ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਪਰ ਮੈਂ ਕਾਫੀ ਸੋਚਿਆ ਮੈਂ ਥੋੜੀਆਂ ਸਟੱਡੀ ਕੀਤੀ ਮੈਂ ਕੰਪਿਊਟਰ ਤੇ ਪੜਿਆ ਸਾਡੀਆਂ ਜਿਹੜੀਆਂ ਡਾਕਟਰ ਦੀ ਵੈਬ ਸੋ ਹੈਡ ਇੰਜਰੀ ਹੋ ਸਕਦੀ ਆ ਪਰ ਗਲੀ ਨਹੀਂ ਹੋ ਸਕਦੀ ਗਲੀ ਤਾਂ ਉਦੋਂ ਹੋਗੀ ਜਦ ਸਰੀਆ ਮਾਰਿਆ ਜਾਊਗਾ ਜਾਂ ਗੋਲੀ ਮਾਰੀ ਜਾਊਗੀ ਓਕੇ ਮੈਂ ਸੋਚੇ ਵੀਡੀਓ ਪਾਉਣੀ ਨਹੀਂ ਠੀਕ ਆ ਮਨੇ ਬੋਲੋ ਕਿਹਾ ਦੋ ਡਾਕਟਰ ਆ ਕਿਉਂ ਪੰਗੇ ਲਈ ਜਾਣਾ ਮੈਂ ਕਿਹਾ ਪਤਾ ਨਹੀਂ ਯਾਰ ਅਸੀਂ ਇਹ ਜਈਆਂ ਹਣਾ ਜੇ ਦੀਪ ਸਿੱਧੂ ਵਰਗੇ ਹੀਰੋ ਹੋਣਗੇ ਅਸੀਂ ਇਹੋ ਜਿਹੀ ਹੋਵਾਂਗੇ ਠੀਕ ਆ ਅਸੀਂ ਲੜਦੇ ਹੀ ਰਹਿਣਾ ਜੰਗ ਜਾਰੀ ਰੱਖਣੀ ਆ ਅਸੀਂ ਪੰਜਾਬ ਵਾਸਤੇ ਠੀਕ ਆ ਯਾ ਮੈਨੂੰ ਕਿਸੇ ਨਾਲ ਗਿਲਾ ਸ਼ਿਕਵਾ ਹੈ ਨਹੀਂਗਾ ਪਰ ਲੋਕਾਂ ਨਾਲ ਹੈਗਾ ਆ ਯਾ ਜਿਉਂ ਦਿਨ ਕੋਈ ਮੋਲ ਨਹੀਂ ਮਰਿਆ ਦੀਆਂ ਸੀ ਤੁਹਾਡੀ ਅਸੀਂ ਸੋਚ ਦੀ ਰੱਖੀ ਕਰਾਂਗੇ ਤੇ ਅਸਲੀ ਜੱਟ ਸਿੰਘ ਸੂਰਮੇ ਹੋ ਨਾ ਗੁਰੂ ਕੇ ਰੰਗਰੇਟੇ ਬੇਟੇ ਹੋ ਡਟੇ ਰਹੋ ਪਿੱਛੇ ਨਹੀਂ ਮੁੜਨਾ ਓਕੇ ਜੀ ਸਤਿ ਸ੍ਰੀ ਅਕਾਲ